ਲੁਧਿਆਣਾ ਦੇ ਪੂਰਵ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਕੱਲ ਆਪਣੀ ਕੋਠੀ ਛੱਡ ਕੇ ਭਾਜਪਾ ਕਾਰਿਆਲੇ ਵਿੱਚ ਸੁੱਤੇ ਨੇ ਔਰ ਘਰ ਦੀ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਤਾਲਾ ਲਗਾ ਦਿੱਤਾ ਗਿਆ, ਪਰ ਤਸਵੀਰਾਂ ਨਿਕਲ ਕੇ ਕੁਛ ਹੋਰ ਹੀ ਆ ਰਹੀਆਂ ਨੇ ਸਾਹਮਣੇ, ਤੁਸੀਂ ਦੇਖ ਸਕਦੇ ਹੋ। ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਤਸਵੀਰਾਂ, ਤੁਸੀਂ ਦੇਖ ਸਕਦੇ ਹੋ ਕਿ ਇਸੀ ਕੋਠੀ ਦੀ ਜਿਹੜੀ ਹੈ ਜਿਹੜੀ ਪੈਨਲਟੀ ਜਿਹੜੀ ਹੈ ਰਵਨੀਤ ਸਿੰਘ ਬਿੱਟੂ ਨੂੰ ਪਈ ਸੀਗੀ, ਲਗਭਗ 2 ਕਰੋੜ ਜਿਹੜੀ ਹੈ ਪੈਨਲਟੀ ਰਵਨੀਤ ਸਿੰਘ ਬਿੱਟੂ ਨੂੰ ਪਾਈ ਗਈ ਸੀ। ਨਾਮਜ਼ਦਗੀ ਤੋਂ ਪਹਿਲਾਂ ਇਹ ਜਿਹੜਾ ਨੋਟਿਸ ਹੈ ਉਹਨਾਂ ਦੇ ਮੋਬਾਈਲ ਦੇ ਉੱਤੇ ਭੇਜਿਆ ਗਿਆ ਸੀਗਾ ਨਗਰ ਨਿਗਮ ਕਮਿਸ਼ਨਰ ਵੱਲੋਂ, ਅਤੇ ਉਸ ਚੀਜ਼ ਦੀ ਭਰਪਾਈ ਉਹਨਾਂ ਨੇ ਕੱਲ੍ਹ ਸਵੇਰੇ ਹੀ ਕਰ ਦਿੱਤੀ ਸੀ। ਅਤੇ ਉਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਉਹ ਕੋਠੀ ਨੂੰ ਛੱਡ ਕੇ ਭਾਜਪਾ ਕਾਰਿਆਲੇ ਵਿੱਚ ਸੌਣਗੇ, ਤਾਂ ਉਹ ਚੀਜ਼ ਨਿਕਲ ਕੇ ਅੱਜ ਸਵੇਰੇ ਨਿਕਲ ਕੇ ਸਾਹਮਣੇ ਆਈ ਜਦੋਂ ਰਵਨੀਤ ਸਿੰਘ ਬਿੱਟੂ ਭਾਜਪਾ ਕਾਰਿਆਲੇ ਤੋਂ ਨਿਕਲੇ ਨੇ ਅਤੇ ਉੱਥੇ ਹੀ ਉਹਨਾਂ ਨੇ ਰਾਤ ਆਪਣੀ ਬਿਤਾਈ ਹੈ। ਪਰ ਜਿਹੜਾ ਉਹਨਾਂ ਦਾ ਸਮਾਨ ਹੈਗਾ ਵੈ ਉਹ ਹਜੇ ਵੀ ਇਸ ਕੋਠੀ ਦੇ ਵਿੱਚ ਮੌਜੂਦ ਹੈਗਾ ਵੈ, ਔਰ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈਗੀ ਹੈ ਉਹ ਵੀ ਇੱਥੇ ਲਗਾਈ ਗਈ ਹੈ। ਔਰ ਕਿਹਾ ਜਾ ਰਿਹਾ ਵੈ ਕਿ ਹੁਣ ਜਿਹੜੀ ਸਿਕਿਉਰਿਟੀ ਹੈਗੀ ਹੈ ਉਹ ਇੱਥੋਂ ਦੀ ਜਿਹੜੀ ਹੈ ਦੂਜੇ ਪਾਸੇ ਮੂਵ ਕੀਤੀ ਜਾਊਗੀ। ਕੁਝ ਲੋਕ ਇੱਥੇ ਜਾ ਰਹੇ ਨੇ, ਇਹਨਾਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹਨੂੰ ਮੈਮ 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 ਕਿਹਨੂੰ ਮਿਲਣ ਜਾ ਰਹੇ ਹੋ ਤੁਸੀਂ? ਅਸੀਂ ਹਾਂਜੀ, ਅਤੇ ਉਹ ਇੱਥੇ ਨੇ ਪਤਾ ਨਹੀਂ ਹੁਣ ਵੇਖ ਕੇ ਅਸੀਂ ਕਿਆ ਪਾਇਆ। ਠੀਕ ਹੈ ਮੈਮ, ਕਿਹਨੂੰ ਮਿਲਣ ਜਾ ਰਹੇ ਹਾਂਜੀ? ਬਿੱਟੂ ਸਾਹਿਬ ਨੂੰ ਜੀ। ਠੀਕ ਹੈ, ਅਤੇ ਇਹ ਕੋਠੀ ਉਹ ਕਹਿੰਦੇ ਖਾਲੀ ਕਰ ਗਏ ਨੇ ਉਹ ਤਾਂ? ਨਹੀਂ ਜੀ, ਇੱਥੇ ਪਤਾ ਬਿਲਕੁਲ, ਲੋਕ ਹਜੇ ਵੀ ਉਹਨਾਂ ਨੂੰ ਮਿਲਣ ਵਾਸਤੇ ਇੱਥੇ ਆ ਰਹੇ ਨੇ, ਔਰ ਇਸੀ ਕੋਠੀ ਨੂੰ ਲੈ ਕੇ ਹੀ ਜਿਹੜਾ ਵੈ ਬਵਾਲ ਮਚਿਆ ਹੋਇਆ ਵੈ। ਔਰ ਕਿਹਾ ਜਾ ਰਿਹਾ ਸੀਗਾ ਕਿ ਰਵਨੀਤ ਸਿੰਘ ਬਿੱਟੂ ਵੱਲੋਂ ਇਸ ਕੋਠੀ ਨੂੰ ਤਾਲਾ ਲਗਾ ਦਿੱਤਾ ਗਿਆ, ਜਦਕਿ ਹਲੇ ਤੱਕ ਕਿਸੇ ਤਰੀਕੇ ਦਾ ਕੋਈ ਵੀ ਤਾਲਾ ਨਹੀਂ ਜੜਿਆ ਗਿਆ ਵੈ। ਔਰ ਇੱਥੇ ਤੱਕ ਕਿ ਇਸ ਕੋਠੀ ਦੇ ਵਿੱਚ ਉਹਨਾਂ ਦੇ ਦਾਦਾ ਜੀ ਦੀ ਜਿਹੜੀ ਕਾਰ ਹੈ, ਜਿਸ ਕਾਰ ਵਿੱਚ ਬੈਠ ਕੇ ਉਹਨਾਂ ਨੇ ਨਾਮਜ਼ਦਗੀ ਦਾਖਲ ਕੀਤੀ ਸੀ, ਉਹ ਕਾਰ ਵੀ ਇਸ ਸਮੇਂ ਇਸ ਕੋਠੀ ਦੇ ਵਿੱਚ ਹੀ ਮੌਜੂਦ ਹੈਗੀ ਹੈ। ਤਾਂ ਇੱਥੋਂ ਇੱਕ ਚੀਜ਼ ਤਾਂ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕਿ ਰਵਨੀਤ ਸਿੰਘ ਬਿੱਟੂ ਨੇ ਜਿਹੜੀ ਰਾਤ ਬੇਸ਼ੱਕ ਬੀਜੇਪੀ ਕਾਰਿਆਲੇ ਦੇ ਵਿੱਚ ਬਿਤਾਈ ਹੈ, ਪਰ ਹਾਲੇ ਵੀ ਉਹਨਾਂ ਦਾ ਸਮਾਨ ਇਸ ਕੋਠੀ ਵਿੱਚ ਮੌਜੂਦ ਹੈ। ਲੁਧਿਆਣਾ ਦੇ ਪੂਰਵ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਕੱਲ੍ਹ ਆਪਣੀ ਕੋਠੀ ਛੱਡ ਕੇ ਭਾਜਪਾ ਕਾਰਿਆਲੇ ਵਿੱਚ ਸੁੱਤੇ ਨੇ, ਔਰ ਘਰ ਦੀ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਤਾਲਾ ਲਗਾ ਦਿੱਤਾ ਗਿਆ, ਪਰ ਤਸਵੀਰਾਂ ਨਿਕਲ ਕੇ ਕੁਛ ਹੋਰ ਹੀ ਆ ਰਹੀਆਂ ਨੇ ਸਾਹਮਣੇ, ਤੁਸੀਂ ਦੇਖ ਸਕਦੇ ਹੋ। ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਤਸਵੀਰਾਂ, ਤੁਸੀਂ ਦੇਖ ਸਕਦੇ ਹੋ ਕਿ ਇਸੀ ਕੋਠੀ ਦੀ ਜਿਹੜੀ ਹੈ ਜਿਹੜੀ ਪੈਨਲਟੀ ਜਿਹੜੀ ਹੈ ਰਵਨੀਤ ਸਿੰਘ ਬਿੱਟੂ ਨੂੰ ਪਈ ਸੀਗੀ, ਲਗਭਗ 2 ਕਰੋੜ ਜਿਹੜੀ ਹੈ ਪੈਨਲਟੀ ਰਵਨੀਤ ਸਿੰਘ ਬਿੱਟੂ ਨੂੰ ਪਾਈ ਗਈ ਸੀ। ਨਾਮਜ਼ਦਗੀ ਤੋਂ ਪਹਿਲਾਂ ਇਹ ਜਿਹੜਾ ਨੋਟਿਸ ਹੈ ਉਹਨਾਂ ਦੇ ਮੋਬਾਈਲ ਦੇ ਉੱਤੇ ਭੇਜਿਆ ਗਿਆ ਸੀਗਾ ਨਗਰ ਨਿਗਮ ਕਮਿਸ਼ਨਰ ਵੱਲੋਂ, ਅਤੇ ਉਸ ਚੀਜ਼ ਦੀ ਭਰਪਾਈ ਉਹਨਾਂ ਨੇ ਕੱਲ੍ਹ ਸਵੇਰੇ ਹੀ ਕਰ ਦਿੱਤੀ ਸੀ। ਅਤੇ ਉਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਉਹ ਕੋਠੀ ਨੂੰ ਛੱਡ ਕੇ ਭਾਜਪਾ ਕਾਰਿਆਲੇ ਵਿੱਚ ਸੌਣਗੇ, ਤਾਂ ਉਹ ਚੀਜ਼ ਨਿਕਲ ਕੇ ਅੱਜ ਸਵੇਰੇ ਨਿਕਲ ਕੇ ਸਾਹਮਣੇ ਆਈ ਜਦੋਂ ਰਵਨੀਤ ਸਿੰਘ ਬਿੱਟੂ ਭਾਜਪਾ ਕਾਰਿਆਲੇ ਤੋਂ ਨਿਕਲੇ ਨੇ ਅਤੇ ਉੱਥੇ ਹੀ ਉਹਨਾਂ ਨੇ ਰਾਤ ਆਪਣੀ ਬਿਤਾਈ ਹੈ। ਪਰ ਜਿਹੜਾ ਉਹਨਾਂ ਦਾ ਸਮਾਨ ਹੈਗਾ ਵੈ ਉਹ ਹਜੇ ਵੀ ਇਸ ਕੋਠੀ ਦੇ ਵਿੱਚ ਮੌਜੂਦ ਹੈਗਾ ਵੈ, ਔਰ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈਗੀ ਹੈ ਉਹ ਵੀ ਇੱਥੇ ਲਗਾਈ ਗਈ ਹੈ। ਔਰ ਕਿਹਾ ਜਾ ਰਿਹਾ ਵੈ ਕਿ ਹੁਣ ਜਿਹੜੀ ਸਿਕਿਉਰਿਟੀ ਹੈਗੀ ਹੈ ਉਹ ਇੱਥੋਂ ਦੀ ਜਿਹੜੀ ਹੈ ਦੂਜੇ ਪਾਸੇ ਮੂਵ ਕੀਤੀ ਜਾਊਗੀ। ਕੁਝ ਲੋਕ ਇੱਥੇ ਜਾ ਰਹੇ ਨੇ, ਇਹਨਾਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹਨੂੰ ਮੈਮ 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 ਕਿਹਨੂੰ ਮਿਲਣ ਜਾ ਰਹੇ ਹੋ ਤੁਸੀਂ? ਅਸੀਂ ਹਾਂਜੀ
ਤੇ ਉਹ ਇੱਥੇ ਨੇ ਪਤਾ ਨਹੀਂ ਹੁਣ ਵੇਖ ਕੇ ਅਸੀਂ ਕਿਆ ਪਾਇਆ ਠੀਕ ਹੈ ਮੈਮ ਕਿਹਨੂੰ ਮਿਲਣ ਜਾ ਰਹੇ ਹਾਂਜੀ ਬਿੱਟੂ ਸਾਹਿਬ ਨੂੰ ਜੀ ਠੀਕ ਹੈ ਅਤੇ ਇਹ ਕੋਠੀ ਉਹ ਕਹਿੰਦੇ ਖਾਲੀ ਕਰ ਗਏ ਨੇ ਉਹ ਤਾਂ ਨਹੀਂ ਜੀ ਇੱਥੇ ਬਿਲਕੁਲ ਲੋਕ ਹਜੇ ਵੀ ਉਹਨਾਂ ਨੂੰ ਮਿਲਣ ਵਾਸਤੇ ਇੱਥੇ ਆ ਰਹੇ ਨੇ ਔਰ ਇਸੀ ਕੋਠੀ ਨੂੰ ਲੈ ਕੇ ਹੀ ਜਿਹੜਾ ਵਾ ਬਵਾਲ ਮਚਿਆ ਹੋਇਆ ਵਾ ਔਰ ਕਿਹਾ ਜਾ ਰਿਹਾ ਸੀਗਾ ਕਿ ਰਮਨੀਤ ਸਿੰਘ ਬਿੱਟੂ ਵੱਲੋਂ ਇਸ ਕੋਠੀ ਨੂੰ ਤਾਲਾ ਲਗਾ ਦਿੱਤਾ ਗਿਆ ਜਦਕਿ ਹਲੇ ਤੱਕ ਕਿਸੇ ਤਰੀਕੇ ਦਾ ਕੋਈ ਵੀ ਤਾਲਾ ਨਹੀਂ ਜੜਿਆ ਗਿਆ ਵਾ ਔਰ ਇੱਥੇ ਤੱਕ ਕਿ ਇਸ ਕੋਠੀ ਦੇ ਵਿੱਚ ਉਹਨਾਂ ਦੇ ਦਾਦਾ ਜੀ ਦੀ ਜਿਹੜੀ ਕਾਰ ਹੈ ਜਿਸ ਕਾਰ ਵਿੱਚ ਬੈਠ ਕੇ ਉਹਨਾਂ ਨੇ ਨਾਮਜ਼ਦਗੀ ਦਾਖਲ ਕੀਤੀ ਸੀ ਉਹ ਕਾਰ ਵੀ ਇਸ ਸਮੇਂ ਇਸ ਕੋਠੀ ਦੇ ਵਿੱਚ ਹੀ ਮੌਜੂਦ ਹੈਗੀ ਹੈ ਤਾਂ ਇੱਥੋਂ ਇੱਕ ਚੀਜ਼ ਤਾਂ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕਿ ਨਵਨੀਤ ਸਿੰਘ ਬਿੱਟੂ ਨੇ ਜਿਹੜੀ ਰਾਤ ਬੇਸ਼ੱਕ ਬੀਜੇਪੀ ਕਾਰਿਆਲੇ ਦੇ ਵਿੱਚ ਬਿਤਾਈ ਹੈ ਪਰ ਹਾਲੇ ਵੀ ਉਹਨਾਂ ਦਾ ਸਮਾਨ ਇਸ ਕੋਠੀ ਵਿੱਚ ਮੌਜੂਦ ਹੈ।